ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਲਾਰ ਗੋਤ ਦਾ ਇਤਿਹਾਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਗੋਤਾਂ ਦੀ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸਾਂਝੇ ਕਰਦੇ ਰਹਿਣਾ। ਗੁਲਾਰ ਇਹ ਭੱਟੀ ਰਾਜਪੂਤਾਂ ਵਿੱਚੋਂ ਹਨ। ਭੱਟੀ ਆਪਣਾ ਪਿਛੋਕੜ ਪੰਜਾਬ ਜੈਸਲਮੇਰ ਅਤੇ ਅਫਗਾਨਿਸਤਾਨ ਦਾ ਗਜ਼ਨੀ ਖੇਤਰ ਦੱਸਦੇ ਹਨ। ਭੱਟੀ ਦੇ ਦੋ ਪੁੱਤਰ ਮਾਸੂਰ ਰਾਓ ਅਤੇ ਮੰਗਲ ਰਾਓ ਹੋਏ। ਸਾਰਨ ਜੱਟ ਮਸੂਰ ਰਾਓ ਦੀ ਵੰਸ਼ ਵਿੱਚੋਂ ਹਨ। ਮੰਗਲ ਰਾਓ ਦੀ ਵੰਸ਼ ਵਿੱਚੋਂ ਗੁਲਾਰ ਜੱਟ ਹਨ। ਮੰਗਲ ਰਾਓ ਇੱਕ ਬੜਾ ਹੀ ਬਲਵਾਨ ਅਤੇ ਨਿਡਰ ਯੋਧਾ ਸੀ। ਉਸਦਾ ਸਰਸੇ ਵਿੱਚ ਇੱਕ ਕਿਲ੍ਹਾ ਸੀ ਜੋ ਹੁਣ ਵੀ ਖਸਤਾ ਹਾਲਤ ਵਿੱਚ ਖੜ੍ਹਾ ਹੈ। ਕਿਸੇ ਕਾਰਨ ਮੰਗਲ ਰਾਓ ਨੂੰ ਆਪਣੀ ਜਾਨ ਬਚਾ ਕੇ ਆਪਣੇ ਹੀ ਰਾਜ ਵਿੱਚੋਂ ਭੱਜਣਾ ਪਿਆ ਸੀ। ਉਹ ਆਪਣੇ ਲੜਕੇ ਇੱਕ ਬਾਣੀਏ ਪਾਸ ਛੱਡ ਗਿਆ ਸੀ। ਉਸਦੇ ਪੁੱਤਰਾਂ ਨੇ ਵੱਡੇ ਹੋ ਕੇ ਜੱਟ ਬਰਾਦਰੀ ਵਿੱਚ ਵਿਆਹ ਕਰਵਾਏ। ਉਸਦੇ ਪੁੱਤਰਾਂ ਕਲੋਰੀਆ ਦੇ ਨਾਮ 'ਤੇ ਗੁਲਾਰ, ਮੁੰਡੇ ਦੇ ਨਾਮ 'ਤੇ ਮੰਡ ਅਤੇ ਸਿਓਰ ਦੇ ਨਾਮ 'ਤੇ ਸਿਓਰਾਨ ਨਵੇਂ ਗੋਤ ਪ੍ਰਚਲਿਤ ਹੋ ਗਏ ਸਨ। ਪੰਜਾਬ ਵਿੱਚ ਗੁਲਾਰ ਨਾਮ ਦੇ ਕਈ ਪਿੰਡ ਆਬਾਦ ਹਨ। ਮੁਕਤਸਰ ਖੇਤਰ ਦੇ ਇਲਾਕੇ ਵਿੱਚ ਮਹਿਣਾ ਅਤੇ ਮਿੱਡੂ ਖੇੜਾ ਇਹਨਾਂ ਦੇ ਪ੍ਰਸਿੱਧ ਪਿੰਡ ਹਨ। ਅਬੋਹਰ ਵਿੱਚ ਵੀ ਇੱਕ ਗੁਲਾਰ ਨਾਮ ਦਾ ਪਿੰਡ ਹੈ। ਲੁਧਿਆਣੇ ਵਿੱਚ ਵੀ ਇੱਕ ਪਿੰਡ ਦਾ ਨਾਮ ਗੁਲਾਰ ਹੈ। ਲੁਧਿਆਣੇ ਦੇ ਕਈ ਪਿੰਡਾਂ ਵਿੱਚ ਗੁਲਾਰਾਂ ਦੇ ਘਰ ਹਨ। ਲੁਧਿਆਣੇ ਤੋਂ ਅੱਗੇ ਕੁਝ ਗੁਲਾਰ ਜੱਟ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਵੀ ਚਲੇ ਗਏ ਸਨ। ਗੁਲਾਰ ਜੱਟ ਰੋਪੜ ਖੇਤਰ ਵਿੱਚ ਵੀ ਕਾਫੀ ਹਨ। ਜਲੰਧਰ ਵਿੱਚ ਸੰਸਾਰਪੁਰ ਗੁਲਾਰ ਜੱਟਾਂ ਦਾ ਦੁਆਬੇ ਵਿੱਚ ਬਹੁਤ ਹੀ ਪ੍ਰਸਿੱਧ ਪਿੰਡ ਹੈ। ਇਹ ਗੁਲਾਰ ਪਿੰਡ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਵਿੱਚ ਵੀ ਹੈ। ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਵਿੱਚ ਵੀ ਵੱਡੀਆਂ ਗੁਲਾਰਾਂ ਪਿੰਡ ਗੁਲਾਰ ਜੱਟਾਂ ਦਾ ਹੀ ਹੈ। ਮਾਲਵੇ ਵਿੱਚ ਗੁਲਾਰ ਜੱਟ ਕਾਫੀ ਹਨ। ਗੁਲਾਰਾਂ ਪਿੰਡ ਰੋਪੜ ਵਿੱਚ ਵੀ ਹੈ। ਸੰਗਰੂਰ ਜੀਂਦ ਵਿੱਚ ਗੁਲਾਰਾਂ ਦੇ ਸਿੱਧ ਦੀ ਗੁਲਾਰ ਖਾਸ ਵਿੱਚ ਸਮਾਧ ਹੈ। ਇਹਨਾਂ ਦਾ ਸਿੱਧ ਇੱਕ ਤਰਖਾਨ ਦੇ ਹੱਥੋਂ ਕਤਲ ਹੋ ਗਿਆ ਸੀ। ਇਸ ਲਈ ਇਹ ਤਰਖਾਨ ਨੂੰ ਘਿਓ ਅਤੇ ਪਸ਼ੂ ਨਹੀਂ ਵੇਚਦੇ। ਪੰਜਾਬ ਵਿੱਚ ਸਾਰੇ ਗੁਲਾਰ ਸਿੱਖ ਹਨ। ਹਰਿਆਣੇ ਅਤੇ ਰਾਜਸਥਾਨ ਵਿੱਚ ਗੁਲਾਰ ਹਿੰਦੂ ਜਾਟ ਵੀ ਹਨ। ਸਮੁੱਚੇ ਪੰਜਾਬ ਵਿੱਚ ਗੁਲਾਰ ਜੱਟਾਂ ਦੀ ਗਿਣਤੀ ਘੱਟ ਹੀ ਹੈ। ਦੁਆਬੇ ਦੇ ਗੁਲਾਰ ਅਮਰੀਕਾ ਅਤੇ ਕੈਨੇਡਾ ਆਦਿ ਬਾਹਰਲੇ ਦੇਸ਼ਾਂ ਵਿੱਚ ਵੀ ਕਾਫੀ ਵੱਸਦੇ ਹਨ। ਹੋਰ ਜੱਟਾਂ ਵਾਂਗ ਗੁਲਾਰ ਵੀ ਅੱਖੜ ਅਤੇ ਲੜਾਕੇ ਹੁੰਦੇ ਹਨ। ਦੁਸ਼ਮਣੀ ਨੂੰ ਕਦੇ ਵੀ ਨਹੀਂ ਭੁਲਾਉਂਦੇ। ਚੰਗੇ ਕਿਸਾਨ ਅਤੇ ਵਧੀਆ ਖਿਡਾਰੀ ਹਨ। ਗੁਲਾਰਾਂ ਨੂੰ ਗੁਲਾਰ ਵੀ ਕਿਹਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਗੋਤਾਂ ਦੀ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੇ ਕਰਦੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।